ਤੁਸੀਂ ਬਹੁਤ ਸੋਹਣਾ ਇਹ ਟੌਪਿਕ ਚੁਣਿਆ ਜਿਹਦੀ ਅੱਜ ਬਹੁਤ ਸਾਨੂੰ ਲੋੜ ਹੈ, ਪਰ ਇਹਦੇ 'ਤੇ ਕੋਈ ਗੱਲ ਕਰ ਨਹੀਂ ਰਿਹਾ। ਜਿਹੜਾ ਇਹ ਮੁੱਦਾ ਹੈ, ਇਹਦੇ ਨਾਲ ਸਾਡੀ ਜਿਹੜੀ ਸਿਹਤ ਹੈ ਉਹ ਤਬਾਹ ਹੋ ਰਹੀ ਹੈ, ਅਤੇ ਜਿਹੜਾ ਯੂਰੇਨੀਅਮ ਪਾਣੀ ਦੇ ਵਿੱਚ ਆਉਂਦਾ ਹੈ ਉਹਦੇ ਨਾਲ ਕੈਂਸਰ ਹੋ ਰਿਹਾ, ਅਤੇ ਕੈਂਸਰ ਦੀ ਬਿਮਾਰੀ ਦੇ ਲਈ ਅਜੇ ਤੱਕ ਸਾਡੇ ਕੋਲ ਪੂਰੇ ਇਲਾਜ ਨਹੀਂ ਹੈ। ਅਸੀਂ ਦੇਖਿਆ ਕਿ ਜਿਹੜਾ ਸਤਲੁਜ ਦਾ ਪਾਣੀ ਹੈ ਇਹ ਤਿੱਬਤ ਤੋਂ ਸ਼ੁਰੂ ਹੁੰਦਾ, ਸਤਲੁਜ ਦਰਿਆ ਉੱਥੋਂ ਸ਼ੁਰੂ ਹੁੰਦਾ ਅਤੇ ਤਿੱਬਤ ਦੇ ਵਿੱਚੋਂ ਇਹ 322 ਕਿਲੋਮੀਟਰ ਦਾ ਸਫ਼ਰ ਕਰਕੇ ਹਿਮਾਚਲ ਦੇ ਪਿੰਡ ਲਾਂਗਕੁਇਨ ਦੇ ਵਿੱਚ ਤਾਸ਼ਨਗੰਜ ਦੇ ਵਿੱਚ ਹਿਮਾਚਲ 'ਚ ਆ ਜਾਂਦਾ, ਇੰਡੀਆ 'ਚ ਆ ਜਾਂਦਾ, ਫਿਰ ਇਹ ਪੰਜਾਬ 'ਚ ਆ ਜਾਂਦਾ। ਅਤੇ ਜਦੋਂ ਆਪਾਂ ਨੰਗਲ ਜਾਂਦੇ ਹਾਂ ਉੱਥੇ ਹੈਵੀ ਵਾਟਰ ਪਲਾਂਟ ਫਰਟੀਲਾਈਜ਼ਰ ਫੈਕਟਰੀ ਜਿਹੜੀ ਨੰਗਲ ਹੈ ਉਹਦੇ 'ਚ ਲੱਗੀ ਹੋਈ ਹੈ। ਹੁਣ ਹੈਵੀ ਵਾਟਰ ਪਲਾਂਟ ਦਾ ਵੀ ਤਲਕਾ ਯੂਰੇਨੀਅਮ ਦੇ ਨਾਲ ਹੈ, ਇਸ ਨੂੰ ਜਦੋਂ ਇਨਰਿਚ ਕਰਦੇ ਹਾਂ ਯੂਰੇਨੀਅਮ ਨੂੰ ਉਦੋਂ ਹੈਵੀ ਵਾਟਰ ਦੀ ਲੋੜ ਪੈਂਦੀ ਹੈ। ਅਤੇ ਸਾਡੀ ਪਾਰਟੀ ਨੂੰ ਹਮੇਸ਼ਾ ਸ਼ੱਕ ਰਿਹਾ ਕਿ ਜਾਂ ਤਾਂ ਚੀਨ ਨੇ ਜਾਂ ਇੰਡੀਆ ਨੇ ਇੱਕ ਯੂਰੇਨੀਅਮ ਇਨਰਿਚਮੈਂਟ ਪਲਾਂਟ ਜਾਂ ਤਾਂ ਤਿੱਬਤ ਦੇ ਵਿੱਚ ਲਾਇਆ ਅਤੇ ਜਾਂ ਇੰਡੀਆ ਦੇ ਵਿੱਚ ਲਾਇਆ ਜਿੱਥੇ ਹਿਮਾਚਲ ਦੇ ਵਿੱਚੋਂ ਸਾਡੇ ਪੰਜਾਬ ਦੇ ਵਿੱਚ ਆਉਂਦਾ। ਅਤੇ ਜਿੰਨਾ ਚਿਰ ਇਹਦੀ ਦਰਿਆਫਤ ਨਹੀਂ ਹੁੰਦੀ ਉੱਨਾ ਚਿਰ ਪਤਾ ਨਹੀਂ ਲੱਗਦਾ। ਜਿਹੜੇ ਸਾਡੇ ਹੁਣ ਨਵੇਂ ਚੀਫ ਜਸਟਿਸ ਆਏ ਹੈ ਉਹਨਾਂ ਨੇ ਵੀ ਆਪਣੀ ਹਾਈ ਕੋਰਟ ਦੇ ਵਿੱਚ ਇਹ ਮੁੱਦਾ ਯੂਰੇਨੀਅਮ ਦਾ ਅਤੇ ਸਤਲੁਜ ਦਾ ਉਠਾਇਆ। ਅਤੇ ਮੈਂ ਸਮਝਦਾ ਕਿ ਉਹਨਾਂ ਦੀ ਪਹੁੰਚ ਇੰਨੀ ਉੱਚੀ ਨਹੀਂ ਹੋ ਸਕੂਗੀ ਕਿ ਇਸ ਦੇ ਉੱਤੇ ਕੋਈ ਫੈਸਲਾ ਸਾਨੂੰ ਸੁਣਾ ਸਕਣ, ਕਿਉਂ ਕਰਕੇ ਜਿਹੜਾ ਵਰਲਡ ਹੈਲਥ ਔਰਗਨਾਈਜੇਸ਼ਨ ਹੈ ਉਸਨੇ ਅਪਡੇਟਡ ਸਟੈਂਡਰਡ ਸਾਨੂੰ ਦਿੱਤੇ ਹੈ ਕਿ ਪਾਣੀ ਕਿੰਨਾ ਸਾਫ਼ ਹੋਣਾ ਚਾਹੀਦਾ, ਕੀ ਇਹਦਾ ਸਟੈਂਡਰਡ ਹੋਣਾ ਚਾਹੀਦਾ। ਪਰ ਸਾਡੀ ਗਵਰਨਮੈਂਟ ਇਧਰਲੇ ਪਾਸੇ ਆਉਂਦੀ ਨਹੀਂ ਅਤੇ ਨਾ ਸਾਨੂੰ ਦੱਸਦੀ ਹੈ ਕਿ ਇਹ ਜਿਹੜੇ ਯੂਰੇਨੀਅਮ ਇਨਰਿਚਮੈਂਟ ਪਲਾਂਟਸ ਚੀਨ ਦੇ ਵਿੱਚ ਲੱਗੇ, ਤਿੱਬਤ ਅਤੇ ਇੰਡੀਆ ਦੇ ਵਿੱਚ ਲੱਗੇ ਹੈ, ਇਹ ਕਿੱਥੇ ਲੱਗੇ ਹੈ, ਕਿਉਂ ਕਰਕੇ ਇਹਨਾਂ ਦਾ ਵੇਸਟ ਸਾਰਾ ਸਤਲੁਜ ਦੇ ਵਿੱਚ ਜਾਂਦਾ। ਜਿਹੜਾ ਹੈਵੀ ਵਾਟਰ ਫੈਕਟਰੀ ਹੈ ਐਨਰਜੀ, ਉਹਦਾ ਵੀ ਇਹ ਪਾਣੀ ਸਤਲੁਜ ਦੇ ਵਿੱਚ ਜਾਂਦਾ। ਇਹਦਾ ਇੱਕੋ ਇੱਕ ਇਲਾਜ ਹੈ ਕਿ ਜੇ ਆਪਾਂ ਸਾਰੇ ਤੁਹਾਡੀ ਕਮੇਟੀ ਇਸ ਮਸਲੇ ਨੂੰ ਇੰਟਰਨੈਸ਼ਨਲ ਐਟੋਮਿਕ ਏਜੰਸੀ ਵੀਨਾ ਦੇ ਵਿੱਚ ਲੈ ਕੇ ਜਾਈਏ, ਜਿਹੜਾ ਸਾਰਾ ਪਤਾ ਕਰ ਸਕਦੀ ਹੈ ਕਿ ਯੂਰੇਨੀਅਮ ਇਨਰਿਚਮੈਂਟ ਪਲਾਂਟਸ ਕਿੱਥੇ ਕਿੱਥੇ ਲੱਗੇ ਹੈ, ਕਿਉਂ ਕਰਕੇ ਯੂਰੇਨੀਅਮ ਇਨਰਿਚਮੈਂਟ ਪਲਾਂਟਸ ਦੇ ਨਾਲ ਆਪਣੇ ਐਟਮ ਬੋਮ ਨਿਊਕਲ ਬੋਮ ਬਣਦੇ ਹੈ।
ਅਤੇ ਵਰਲਡ ਦੇ ਵਿੱਚ ਬਹੁਤ ਵੱਡਾ ਇਸ਼ੂ ਹੈ ਕਿ ਇਹ ਯੂਰੇਨੀਅਮ ਇਨਰਿਚਮੈਂਟ ਪਲਾਂਟਸ ਕਿੱਥੇ ਕਿੱਥੇ ਲੱਗੀਆਂ। ਸੋ ਇਹਦੀ ਬਹੁਤ ਜ਼ਰੂਰਤ ਹੈ, ਪਰ ਇਸ ਨੂੰ ਜੇ ਸਿਰਫ ਇੰਟਰਨੈਸ਼ਨਲ ਐਟੋਮਿਕ ਐਨਰਜੀ ਏਜੰਸੀ ਇਸ ਦੀ ਰਿਪੋਰਟ ਸਾਨੂੰ ਦਊਗੀ ਤਾਂ ਸਾਨੂੰ ਪਤਾ ਲੱਗ ਸਕੇਗਾ, ਕਿਉਂ ਕਰਕੇ ਨਾ ਇੰਡੀਆ ਨੇ ਨਾ ਚਾਈਨਾ ਨੇ ਸਾਨੂੰ ਦੱਸਣਾ ਕਿ ਇੱਥੇ ਕੀ ਹੋ ਰਿਹਾ। ਪਰ ਇਹ ਹੈਗੀਆਂ ਇਨਰਿਚਮੈਂਟ ਪਲਾਂਟਸ ਹੈਗੀਆਂ, ਤਦੇ ਸਾਡੇ ਪਾਣੀਆਂ ਦੇ ਵਿੱਚ ਯੂਰੇਨੀਅਮ ਆ ਰਿਹਾ। ਹੁਣ ਸਫਾਈ ਦੀ ਗੱਲ ਆਪਾਂ ਜ਼ਰੂਰ ਕਰਦੇ ਹਾਂ, ਪਰ ਸਫਾਈ ਰੱਖਦੇ ਨਹੀਂ। ਹੁਣ ਇੰਡੀਆ ਦੇ ਵਿੱਚ 10 ਸਾਲ ਤੋਂ ਰਾਈਟ ਵਿੰਗ ਹਿੰਦੁੱਤਵਾ ਪਾਰਟੀ ਹੈ, ਬੀਜੇਪੀ ਅਤੇ RSS ਇਹਦਾ ਰਾਜ ਹੈ, ਅਤੇ ਜਿਹੜਾ ਆਪਣਾ ਗੰਗਾ ਹੈ ਇਹ ਸਾਡਾ ਇਹ ਬਹੁਤ ਪਵਿੱਤਰ ਅਤੇ ਧਾਰਮਿਕ ਦਰਿਆ ਹੈ। ਅਜੇ ਸੈਂਟਰ ਦੀ ਸਰਕਾਰ ਇਸ ਨੂੰ ਨਹੀਂ ਸਾਫ਼ ਕਰ ਸਕੀ। ਜਿਹੜੇ ਵੱਡੇ ਵੱਡੇ ਸ਼ਹਿਰ ਹੈ ਗੰਗਾ ਦੇ ਉੱਤੇ, ਸਾਰਾ ਸੀਵਰੇਜ, ਸਾਰਾ ਫੈਕਟਰੀ ਦਾ, ਲੇਦਰ ਫੈਕਟਰੀਜ਼ ਦਾ ਗੰਦਾ ਪਾਣੀ ਗੰਗਾ ਦੇ ਵਿੱਚ ਜਾਂਦਾ। ਅਤੇ ਜਿਹੜੀ ਸਭ ਤੋਂ ਅਜੀਬ ਗੱਲ ਤੁਹਾਨੂੰ ਲੱਗੂਗੀ ਕਿ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ, ਮੋਦੀ ਸਾਹਿਬ ਵਾਰਾਣਸੀ ਤੋਂ MP ਚੁਣੇ ਜਾਂਦੇ ਹੈ। ਜਦੋਂ MP ਆਪਣੇ ਹਲਕੇ 'ਚ ਵਾਰਾਣਸੀ 'ਚ ਜਾਂਦੇ ਹੈ ਅਤੇ ਉਹਨਾਂ ਦਾ ਟੋਇਲਟ ਵੀ ਗੰਗਾ ਦੇ ਵਿੱਚ ਜਾਂਦਾ, ਦੱਸੋ ਹੁਣ ਫਿਰ ਇਸ ਮੁਲਕ ਦਾ ਕੀ ਕੀਤਾ ਜਾਵੇ ਜੇ ਪ੍ਰਾਈਮ ਮਿਨਿਸਟਰ ਦਾ ਟੋਇਲਟ ਆਪਾਂ ਕੁਛ ਕਰ ਤਾਂ ਸਕਦੇ ਨਹੀਂ ਜੇ ਇੰਨੀ ਸੂਝ ਹੈ ਨਹੀਂ। ਨਾ ਪਾਰਟੀ ਵਾਲਿਆਂ ਨੂੰ ਸੂਝ ਹੈ ਕਿ ਇਹਨਾਂ ਨੂੰ ਹਟਾਈਏ, ਕਿ ਇਹ ਬਾਹਰ ਚਲੇ ਜਾਇਆ ਕਰਨ ਇੱਧਰ ਉੱਧਰ। ਫਿਰ ਆਪਣਾ ਬਿਆਸ ਹੈ, ਬਿਆਸ ਵੀ ਹਿੰਦੂ ਦਾ ਬਹੁਤ ਧਾਰਮਿਕ ਦਰਿਆ ਹੈ। ਇਹ ਸ਼ੁਰੂ ਹੁੰਦਾ ਰੋਹਤਾਂਗ ਪਾਸ ਤੋਂ ਅਤੇ ਬਿਆਸ ਰਿਸ਼ੀ ਦੇ ਜਟਾਂ ਦੇ ਵਿੱਚੋਂ ਪਾਣੀ ਨਿਕਲ ਕੇ ਇਹ ਬਿਆਸ ਸਾਡਾ ਪਾਣੀ ਪੰਜਾਬ 'ਚ ਆਉਂਦਾ ਹੈ, ਹਿਮਾਚਲ 'ਚ, ਅਤੇ ਹਿਮਾਚਲ ਦੇ ਸ਼ਹਿਰਾਂ ਦੀ, ਮੰਡੀ ਦੀ, ਮਨਾਲੀ ਦੀ ਸਾਰੀ ਗੰਦਗੀ ਬਿਆਸ ਦੇ ਵਿੱਚ ਆਉਂਦੀ ਹੈ। ਹੁਣ ਹਿਮਾਚਲ ਪ੍ਰਦੇਸ਼ ਬਹੁਤ ਕੱਟੜ ਸੂਬਾ ਹੈ, ਉੱਥੇ ਮੁਸਲਮਾਨਾਂ ਦੀਆਂ ਮਸੀਤਾਂ ਗਰਾਈਆਂ ਜਾ ਰਹੀਆਂ। ਪਰ ਮੇਰਾ ਮਤਲਬ ਹੈ ਕਿ ਜੇ ਸੂਝ ਹੈ ਅਤੇ ਬਿਆਸ ਰਿਸ਼ੀ ਦੇ ਜਟਾਂ ਦੇ ਵਿੱਚੋਂ ਇਹਦਾ ਪਾਣੀ ਨਿਕਲਦਾ ਹੈ, ਅਤੇ ਜਦੋਂ ਆਰੀਅਨ ਸਾਡੇ ਦੇਸ਼ ਦੇ ਵਿੱਚ ਆਏ ਹੈ, ਰਿਗ ਵੇਦਾ ਇਹਦੇ ਕੰਢਿਆਂ ਦੇ ਉੱਤੇ ਲਿਖਿਆ ਗਿਆ, ਫਿਰ ਮੇਰਾ ਮਤਲਬ ਹੈ ਇਹਦੀ ਸਫਾਈ ਤਾਂ ਹੋਣੀ ਚਾਹੀਦੀ ਹੈ। ਨੈਸ਼ਨਲੀ ਅਕਸਰ ਰਾਈਟ ਵਿੰਗ ਅਲਟਰਾ ਨੈਸ਼ਨਲਿਸਟ ਪਾਰਟੀ 10 ਸਾਲ ਤੋਂ ਦਿੱਲੀ ਦੇ ਵਿੱਚ ਰੂਲ ਕਰ ਰਹੀ ਹੈ। ਜਿਹੜੀ ਸਭ ਤੋਂ ਵੱਡੀ ਚੀਜ਼ ਹੈ ਜੀ ਕਿ ਇਹ ਪਾਰਟੀਸੀਪੇਸ਼ਨ ਆਫ ਦ ਪੀਪਲ, ਜਿੱਥੋਂ ਦੀ ਇਹ ਪਾਣੀ ਜਾਂਦੇ ਹੈ ਉਹਨਾਂ ਦੀ ਹੁੰਦੀ ਵੀ ਨਹੀਂ। ਹੁਣ ਸਾਡੀ ਕੌਂਸਟੀਟਿਊਸ਼ਨ ਅਤੇ ਰਿਪੇਰੀਅਨ ਲਾਅ ਕਹਿੰਦਾ ਹੈ ਕਿ ਵਾਟਰਸ ਆਰ ਅ ਸਟੇਟ ਸਬਜੈਕਟ। ਜੇ ਸਟੇਟ ਸਬਜੈਕਟ ਹੈ
ਮੈਂ ਸਮਝ ਨਹੀਂ ਸਕਦਾ ਕਿ ਫਿਰ ਸਟੇਟ ਦੀ ਮਰਜ਼ੀ ਤੋਂ ਬਗੈਰ ਇਹ ਪਾਣੀ ਹਰਿਆਣੇ, ਦਿੱਲੀ ਅਤੇ ਰਾਜਸਥਾਨ ਦੇ ਵਿੱਚ ਕਿਵੇਂ ਜਾ ਸਕਦੇ ਆ। ਇੰਟਰਨੈਸ਼ਨਲ ਰਿਪੇਰੀਅਨ ਫਿਰ ਜਿਹੜਾ ਰਾਈਟ ਵਿੰਗ ਨੂੰ ਮਾੜਾ ਲੱਗੂ, ਜੇ ਮੈਂ ਹੋਰ ਅੱਗੇ ਕਹਿੰਦਾ, ਉਹ ਇਹ ਹੈ ਕਿ ਜੇ ਆਪਣੇ ਇੰਟਰਨੈਸ਼ਨਲ ਰਿਪੇਰੀਅਨ ਪ੍ਰਿੰਸੀਪਲ ਪਾਣੀਆਂ ਦਾ ਫੋਲੋ ਕਰਨਾ, ਫਿਰ ਜਿਹੜੇ ਪਾਕਿਸਤਾਨ ਦੇ ਵਿੱਚ ਆਪਣੇ ਦਰਿਆ ਜਾਂਦੇ ਹੈ, ਪਾਕਿਸਤਾਨ ਦੇ ਦਰਿਆ ਰਿਪੇਰੀਅਨ ਦੇ ਵਿੱਚ ਆਉਂਦੇ ਆ, ਉਹਨਾਂ ਦਾ ਹੱਕ ਹਰਿਆਣੇ ਅਤੇ ਰਾਜਸਥਾਨ ਅਤੇ ਦਿੱਲੀ ਤੋਂ ਜ਼ਿਆਦਾ। ਹੁਣ ਇਹ ਤੁਹਾਨੂੰ ਸ਼ਾਇਦ ਬੁਰਾ ਲੱਗੂਗਾ ਕਿ ਮੈਂ ਪਾਕਿਸਤਾਨ ਦੀ ਗੱਲ ਕਰਤੀ ਹੈ, ਪਰ ਮੈਂ ਹੈਗਾ ਪਾਕਿਸਤਾਨ ਤੋਂ, ਸੋ ਥੋੜ੍ਹੀ ਜਿਹੀ ਹਮਦਰਦੀ ਮੇਰੀ ਹੈਗੀ ਆ। ਹੁਣ ਪਰਸੋਂ ਮੈਂ ਗਿਆ ਸੀਗਾ ਅੰਮ੍ਰਿਤਸਰ, ਉੱਥੇ ਢੇਰ ਲੱਗੇ ਪਏ ਆ, ਗੰਦਗੀ ਦੇ ਪਹਾੜ ਬਣੇ ਹੋਏ ਆ। ਹੁਣ ਜਿਹੜੇ ਉਹ ਢੇਰਾਂ ਦੇ ਵਿੱਚੋਂ ਪਾਣੀ ਆਉਂਦਾ ਹੈ, ਉਹ ਐਡਾ ਜ਼ਹਿਰੀਲੀ ਹੈ, ਉਹਦੇ 'ਚ ਗੈਸਿਸ ਹੈ, ਉਹਦੇ ਵਿੱਚ ਕੈਮੀਕਲਸ ਨੇ, ਅਤੇ ਸਾਰਾ ਪਾਣੀ ਅੰਡਰਗਰਾਊਂਡ ਜਾ ਕੇ ਦਰਬਾਰ ਸਾਹਿਬ ਦੇ ਵਿੱਚ ਜਾਂਦਾ ਹੈ, ਦੁਰਗਿਆਨਾ ਮੰਦਰ ਦੇ ਵਿੱਚ ਜਾਂਦਾ ਹੈ, ਪਰ ਨਾ ਸਾਡੇ ਹਿੰਦੂ ਨੂੰ ਸੁਰਤ ਹੈ, ਨਾ ਸਿੱਖ ਨੂੰ ਸੁਰਤ ਹੈ ਕਿ ਉਸ ਡੰਪ ਦੇ ਵਿੱਚ ਬਿਜਲੀ ਬਣ ਸਕਦੀ ਹੈ, ਅਤੇ ਆਪਾਂ ਬਿਜਲੀ ਕਿਉਂ ਨਹੀਂ ਬਣਾਉਂਦੇ ਹੈਗੇ। ਅਤੇ ਦਰਬਾਰ ਸਾਹਿਬ ਦੇ ਵਿੱਚ ਪਾਣੀ ਗੰਦਾ ਜਾਂਦਾ ਹੈ, ਉਸ ਡੰਪ ਦਾ ਤੁਸੀਂ ਦੇਖ ਕੇ ਆਓ ਕਿਸੇ ਵੇਲੇ। ਮੈਂ ਤਾਂ ਕੱਲ੍ਹ ਇੰਨਾ ਆਖਿਆ ਹੋਇਆ ਸੀ ਕਿ ਮੈਂ ਪ੍ਰੈਸ ਨੂੰ ਕਿਹਾ ਕਿ ਆਹ ਜਿਹੜੇ ਪਹਾੜ ਬਣੇ ਹੋਏ ਹੈ, ਇਹਨਾਂ ਦੇ ਉੱਤੇ ਇਹ ਪਲਾਸਟਿਕ ਦੇ ਪੇਪਰ ਬੜੇ ਹੈ, ਪਹਾੜ ਚਿੱਟੇ ਹੋਏ ਪਏ ਹੈ, ਇਹ ਲੱਗਦਾ ਇਹਨਾਂ 'ਤੇ ਬਰਫਾਂ ਹੈਗੀਆਂ। ਅਤੇ ਜਦੋਂ ਇਹ ਕੇਜਰੀਵਾਲ ਸਾਹਿਬ ਬਾਹਰ ਆਏ ਜਾਂ ਮੋਦੀ ਸਾਹਿਬ ਆਏ, ਇਹਨਾਂ ਨੂੰ ਇਹ ਬਰਫ ਦੇ ਪਹਾੜਾਂ ਦੇ ਉੱਤੇ ਇਹਨਾਂ ਦਾ ਰੈਸਟ ਹਾਊਸ ਬਣਾਵਾਂਗੇ, ਤਾਂ ਇਹਨਾਂ ਨੂੰ ਪਤਾ ਲੱਗੂਗਾ ਕਿ ਇਹ ਗੰਦਗੀ ਕਿੰਨੀ ਇੱਥੇ ਹੈਗੀ ਹੈ, ਅਤੇ ਅਸੀਂ ਕੁਛ ਕਰ ਨਹੀਂ ਸਕਦੇ। ਅਤੇ ਜੇ ਗੰਗਾ ਨੂੰ ਨਹੀਂ ਸਾਫ਼ ਕਰ ਸਕਦੇ, ਤਾਂ ਫਿਰ ਇਹ ਸਰਕਾਰ ਕਿਵੇਂ, ਮੇਰਾ ਮਤਲਬ ਹੈ, ਇਹ ਕਾਨੂੰਨ ਬਣਾ ਰਹੀ ਹੈ ਮਾਈਨੋਰਿਟੀਜ਼ ਦੇ ਉੱਤੇ ਜ਼ਬਰ ਕਰ ਰਹੀ ਹੈ, ਇਹਦੇ ਨਾਲ ਕਿਵੇਂ ਕੁਛ ਆਪਣਾ ਹੱਲ ਹੋ ਸਕਦਾ। ਸੋ ਮੇਰਾ ਮਤਲਬ ਹੈ ਕਿ ਇਹ ਸਾਰਾ ਉੱਤੋਂ ਸ਼ੁਰੂ ਹੋਵੇ, ਥੱਲੇ ਨੂੰ ਆਵੇ। ਜੇ ਸੈਂਟਰ ਦੀ ਸਰਕਾਰ ਅਤੇ ਪੰਜਾਬ ਦੀ ਸਰਕਾਰ ਇਹਦੇ ਵਿੱਚ ਸੰਜੀਦਗੀ ਦੇ ਨਾਲ ਕੰਮ ਕਰਨ, ਤਾਂ ਇਹ ਕੰਮ ਹੋ ਸਕਦੇ ਆ। ਕਿਉਂ ਕਰਕੇ ਜਿਹੜਾ ਵੀ ਸਾਡਾ ਫੂਡ ਚੇਨ ਹੈ, ਉਹ ਵੀ ਸਾਰਾ ਪੋਲਿਊਟਡ ਹੋ ਗਿਆ, ਅਤੇ ਜਿਹੜੇ ਟੈਲੀਫੋਨ ਸਾਡੇ 4G ਹੈ, 5G ਹੈ, ਇਹਦੇ ਨਾਲ ਸਾਰੀਆਂ ਮੱਖੀਆਂ ਸ਼ਹਿਦ ਦੀਆਂ ਮਰੀ ਜਾ ਰਹੀਆਂ, ਅਤੇ ਸਾਰੇ ਪਾਸੇ ਪਤਾ ਸਾਨੂੰ ਸਾਰੀ ਚੀਜ਼ ਦਾ ਹੈਗਾ, ਪਰ ਇਹ ਕੋਈ ਕਰ ਨਹੀਂ ਰਿਹਾ। ਹੁਣ ਇੰਡਸ ਵਾਟਰ ਟ੍ਰੀਟੀ ਬਣਾਈ ਹੈ ਇੰਡੀਆ ਨੇ, ਅਤੇ ਪਾਕਿਸਤਾਨ ਅਤੇ ਵਰਲਡ ਬੈਂਕ ਨੇ, ਅਤੇ ਸਾਡੀ ਗੱਲ ਤਾਂ ਵਿੱਚ ਆਈ ਨਹੀਂ, ਸਾਨੂੰ ਕਿਉਂ ਨਹੀਂ ਪੁੱਛਿਆ ਗਿਆ। ਇੰਡੀਆ ਅਤੇ ਪਾਕਿਸਤਾਨ ਨੇ ਆਪਸ ਦੇ ਵਿੱਚ ਗੱਲ ਕਰਕੇ ਇੰਡਸ ਵਾਟਰ ਟ੍ਰੀਟੀ ਬਣਾਤੀ, ਪਰ ਜਿਹੜੇ ਅਸੀਂ ਲੋਕ ਹੈਗੇ ਹਾਂ ਸਿਊਰ ਜੈਨਰਸ, ਅਸੀਂ ਅਜੇ ਵੀ ਆਪਣੇ ਆਪ ਨੂੰ ਸੋਵਰਨ ਘੁਆਉਂਦੇ ਹਾਂ, ਕਿਉਂ ਕਰਕੇ ਅਸੀਂ ਆਪਣੀ ਸੋਵਰਨਿਟੀ ਕਦੇ ਛੱਡੀ ਨਹੀਂ ਹੈ।
ਤੇ ਜਿਹੜੇ ਸਾਡੇ ਕੰਸਟੀਟਿਊਸ਼ਨ ਕੰਸਟੀਟਿਊਂਟ ਅਸੈਂਬਲੀ ਦੇ ਦੋ ਮੈਂਬਰ ਸੀਗੇ ਸਰਦਾਰ ਭੁਪਿੰਦਰ ਸਿੰਘ ਮਾਨ ਤੇ ਸਰਦਾਰ ਹੁਕਮ ਸਿੰਘ, ਉਹਨਾਂ ਨੇ ਕੰਸਟੀਟਿਊਸ਼ਨ ਦੇ ਉੱਤੇ ਸਿੱਖਾਂ ਵੱਲੋਂ ਦਸਤਖਤ ਨਹੀਂ ਕੀਤੇ। ਠੀਕ ਹੈ, ਮੈਨੂੰ ਕਹਿੰਦੇ ਹੋ ਕਿ ਤੂੰ ਦਸਤਖਤ ਕਰ ਦਿੰਦਾ ਅਤੇ MP ਬਣ ਜਾਂਦਾ, ਇਹ ਮੇਰੀ ਮਜਬੂਰੀ ਹੈ ਕਿਉਂ ਕਰਕੇ ਮੈਂ ਪੀਸਫੁਲੀ ਕੰਮ ਕਰਨਾ ਚਾਹੁੰਦਾ ਅਤੇ ਮੈਨੂੰ ਕਰਨਾ ਪੈਂਦਾ। ਪਰ ਜੇ ਤੁਸੀਂ ਪੁੱਛੋ ਕਿ ਕੰਸਟੀਟਿਊਸ਼ਨ ਅਸੀਂ ਮੰਨਦੇ ਹਾਂ, ਜਦੋਂ ਸਾਡੇ ਕੰਸਟੀਟਿਊਂਟ ਮੈਂਬਰਸ ਜਿਹੜੇ ਉੱਥੇ ਗਏ ਸੀਗੇ ਇਸ ਨੂੰ ਬਣਾਉਣ ਦੇ ਲਈ, ਉਹਨਾਂ ਨੇ ਦਸਤਖਤ ਨਹੀਂ ਜਦੋਂ ਕੰਸਟੀਟਿਊਸ਼ਨ ਦੇ ਕੀਤੇ, ਤਾਂ ਫਿਰ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਜੀ ਅਸੀਂ ਤਾਂ ਮੰਨਦੇ ਹਾਂ। ਅਤੇ ਕੰਸਟੀਟਿਊਸ਼ਨ ਦੇ ਵਿੱਚ ਹੈਗਾ ਕੀ ਹੈ ਸਿੱਖਾਂ ਦਾ? ਆਰਟੀਕਲ 25 ਕਹਿੰਦੀ ਹੈ ਕਿ ਸਿੱਖਸ ਆਰ ਅ ਪਾਰਟ ਆਫ ਦਾ ਹਿੰਦੂ ਰਿਲੀਜਨ। ਹੁਣ ਮੇਰਾ ਮਖੌਲ ਬਣਾ ਲਿਆ ਕਿ ਇਹ ਕਿਰਪਾਨ ਲੈ ਕੇ ਜਾਣਾ ਚਾਹੁੰਦਾ ਸੀਗਾ, ਉਹਦੇ ਬਾਰੇ ਕਲੀਅਰ ਆਰਟੀਕਲ 25 'ਚ ਲਿਖਿਆ ਹੈ ਕਿ ਇਹ ਸਿੱਖ ਕੈਨ ਵੇਅਰ ਹਿਸ ਕਿਰਪਾਨ, ਆ ਜਿਹੜੀ ਮੈਂ ਪਾਈ ਹੋਈ ਹੈ, ਐਂਡ ਕੈਰੀ ਹਿਸ ਕਿਰਪਾਨ। ਹੁਣ ਇਹਦੇ ਵਿੱਚ ਸ਼ੱਕ ਕੀ ਹੈ? ਅਤੇ ਮੇਰੇ ਮਗਰ ਸਾਰੇ ਪੈ ਗਏ ਕਿ ਜੀ ਇਹ ਟੋੜਾ ਸਾਹਿਬ ਕਹਿੰਦੇ ਕਿ, ਹੁਣ ਦੇਖੋ STPC ਦਾ ਮਾਲਕ ਸੀਗਾ ਸਿੱਖਾਂ ਦੀ, STPC ਦਾ, ਉਹ ਕਹਿੰਦੇ ਕਿ ਮਾਨ ਨੇ ਕਿਰਪਾਨ ਲਿਜਾ ਕੇ ਗੱਤਕਾ ਖੇਡਣਾ। ਹੁਣ ਇਹੋ ਜਿਹੇ ਬੰਦੇ ਸਾਡੇ ਲੀਡਰ ਹੋਣ ਅਤੇ ਉਹਨਾਂ ਨੂੰ ਇਲ ਦੇ ਥਾਂ ਕੋਕੋ ਨਾ ਆਵੇ, ਤਾਂ ਫਿਰ ਆਪਾਂ ਕਿੱਥੇ ਖੜ੍ਹੇ ਹਾਂ? ਸਾਡੀ ਪਾਰਟੀਸਪੇਸ਼ਨ ਕੀ ਹੈ ਇਸ ਕੰਟਰੀ ਦੀ ਗਵਰਨੈਂਸ ਦੇ ਵਿੱਚ? ਉਹ ਜ਼ੀਰੋ ਹੈ। ਤਦੇ ਅਸੀਂ ਕਹਿੰਦੇ ਹਾਂ ਕਿ ਸਾਨੂੰ ਅਲੱਗ ਕਰੋ, ਸਾਡੇ ਪਾਣੀ ਅਲੈਦਾ ਹੈ, ਸਾਡਾ ਸਾਰਾ ਕੁਛ ਹੈ, ਸਾਡਾ ਇਤਿਹਾਸ ਅਲੈਦਾ ਹੈ। ਪਰ ਇਹ ਜਿਹੜੀ ਪੋਲਿਊਸ਼ਨ ਦੀ ਗੱਲ ਹੈ, ਇਹ ਤਾਂ ਸਾਡਾ ਜਿਹੜਾ ਮਨ ਹੈ ਉਹ ਲੈਣਾ ਪਊ, ਕਿਉਂ ਕਰਕੇ ਪਾਣੀ ਤਾਂ ਸਾਡੇ ਹੈ। ਜਿੰਨਾ ਚਿਰ ਸਾਡੀ ਰਾਏ ਨਹੀਂ ਲੈਂਦੇ, ਤੁਸੀਂ ਇੰਡਸ ਵਾਟਰ ਟ੍ਰੀਟੀ ਕਿਵੇਂ ਬਣਾ ਸਕਦੇ ਹੋ? ਜਦੋਂ ਕੰਸਟੀਟਿਊਸ਼ਨ ਕਹਿੰਦਾ ਕਿ ਰਿਪੇਰੀਅਨ ਕਾਨੂੰਨ ਹੈ ਕਿ ਜਿਹੜੇ ਇਲਾਕੇ ਦੇ ਵਿੱਚੋਂ ਨਦੀ ਗੁਜ਼ਰੇਗੀ ਉਹਦਾ ਹੱਕ ਪਹਿਲਾਂ, ਅਤੇ ਸਾਡੇ ਬਗੈਰ ਪੁੱਛਿਆ ਰਾਜਸਥਾਨ, ਹਰਿਆਣੇ, ਦਿੱਲੀ ਨੂੰ ਪਾਣੀ ਦਿੱਤੇ ਜਾ ਰਹੇ ਹੈ। ਮੇਰਾ ਮਤਲਬ ਇਹ ਸਾਰੀਆਂ ਚੀਜ਼ਾਂ ਅਸੀਂ ਬਰਦਾਸ਼ਤ ਨਹੀਂ ਜੀ ਕਰ ਸਕਦੇ ਹੈਗੇ, ਅਤੇ ਅਸੀਂ ਤੁਹਾਡੀ ਕਮੇਟੀ ਦੇ ਨਾਲ ਪੂਰਾ ਖੜ੍ਹੇ ਹਾਂ, ਅਤੇ ਜਦੋਂ ਤੁਸੀਂ ਕਹੋਗੇ ਕਿਤੇ ਜਾਣਾ ਅਸੀਂ ਜਾਵਾਂਗੇ ਅਤੇ ਤੁਹਾਡੀ ਸਪੋਰਟ ਕਰਾਂਗੇ।